ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣੇ-ਹੁਣੇ ਬਾਲੀਵੁੱਡ ਚੋਂ ਸ਼ਾਇਆ ਸੋਗ ਇਸ ਮਸ਼ਹੂਰ ਸਟਾਰ ਹਸਤੀ ਦੀ ਹੋਈ ਅਚਾਨਕ ਮੌਤ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਮਸ਼ਹੂਰ ਸਟਾਰ ਹਸਤੀ ਦਾ ਇੱਕ ਹੋਰ ਮਾੜੀ ਖਬਰ ਜਿਹੜੀ ਆ ਰਹੀ ਹੈ ਜੀ ਕਰੋਨਾ ਵਾਇਰਸ ਨੇ ਇੱਕ ਹੋਰ ਬਾਲੀਵੁੱਡ ਹਸਤੀ ਨੂੰ ਹਮੇਸ਼ਾ ਦੇ ਲਈ ਇਸ ਸੰਸਾਰ ਤੋਂ ਦੂਰ ਕਰ ਦਿੱਤਾ ਇਸ ਖਬਰ ਦੇ ਆਉਣ ਨਾਲ ਸਾਰੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਆ 25 ਸਤੰਬਰ ਦਾ ਦਿਨ ਬਾਲੀਵੁੱਡ ਟਾਲੀਵੁੱਡ ਤੇ ਸੰਗੀਤ ਪ੍ਰੇਮੀਆਂ ਦੇ ਲਈ ਦੁਖੀ ਦਿਨਾਂ ਦੇ ਵਿੱਚੋਂ ਇੱਕ ਹੋਵੇਗਾ ਗਾਇਕ ਐਸ ਪੀ ਬਾਲ ਸੁਬਰਾਮਣੀਅਮ ਦਾ ਦੇਹਾਂਤ ਹੋ ਗਿਆ ਉਹ 25 ਸਤੰਬਰ ਦੀ ਦੁਪਹਿਰ ਨੂੰ ਆਖਰੀ ਸਾਹ ਲਿਆ ਉਹ 74 ਸਾਲਾਂ ਦੇ ਸਨ ਤੇ ਪਿਛਲੇ ਮਹੀਨੇ ਕਰੋਨਾ ਦੇ ਨਾਲ ਸੰਕਰਮਿਤ ਹੋਏ ਸਨ ਜਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਸੋ ਦੋਸਤੋ ਜਿਨ੍ਹਾਂ ਦੀ ਤੁਸੀਂ ਫੋਟੋ ਆਪਣੀ ਡਿਸਪਲੇ ਦੇ ਉੱਤੇ ਦੇਖ ਰਹੇ ਹੋ ਜੀ ਇਹਨੇ ਬਾਲਾ ਸੁਬਰਾ ਮਨੀਮ ਨੂੰ ਸਲਮਾਨ ਖਾਨ ਦੀ ਆਵਾਜ਼ ਵੀ ਕਿਹਾ ਜਾਂਦਾ ਸੀ ਉਹਨਾਂ ਸਲਮਾਨ ਖਾਨ ਨੂੰ ਕਈ ਹਿੱਟ ਗਾਣੇ ਦਿੱਤੇ ਵੀਰਵਾਰ ਨੂੰ ਉਸ ਦੀ ਹਾਲਤ ਨਾਜ਼ੁਕ ਹੋਣ ਦੀ ਖਬਰ ਤੋਂ ਬਾਅਦ ਸਲਮਾਨ ਖਾਨ ਨੇ ਉਸ ਦੀ ਸਲਤ ਜਲਦ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਪਰ ਲੱਖਾਂ ਅਰਦਾਸਾਂ ਦਾ ਕੋਈ ਵੀ ਅਸਰ ਨਾ ਹੋਇਆ ਗਨੀਜ਼ ਬੁੱਕ ਰਾਸ਼ਟਰੀ ਪੁਰਸਕਾਰ ਜਿੱਤਣ ਦੇ ਲਈ ਸਿੰਗਰ ਇਹਨੇ ਗਾਣੇ ਗਾਉਣ ਦੇ ਲਈ ਗਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਕੀਤਾ ਗਿਆ ਉਹਨਾਂ ਨੇ 4 ਵੱਖ-ਵੱਖ ਪੰਜਾਬਾਂ ਦੇ ਵਿੱਚ ਕੰਨੜ ਤਲਿੰਗੂ ਤਾਮਿਲ ਤੇ ਹਿੰਦੀ ਵਿੱਚ ਕੰਮ ਕਰਨ ਲਈ ਬੈਸਟ ਮੇਲ ਪਲੇਬੈਕ ਸਿੰਗਰ ਦੇ ਲਈ 6 ਨੈਸ਼ਨਲ ਫਿਲਮ ਅਵਾਰਡ ਜਿੱਤੇ ਹਨ ਸੋ ਉਹਨਾਂ ਨੇ ਟੋਟਲ ਜਿਹੜੇ ਗਾਣੇ ਕੀਤੇ ਨੇ ਜੀ 16 ਭਾਰਤੀ ਪੰਜਾਬਾਂ ਦੇ ਵਿੱਚ 40000 ਤੋਂ ਵੱਧ ਗਾਣੇ ਗਾਉਣ ਦਾ ਰਿਕਾਰਡ ਐਸੋ ਸੁਰੂਤ ਦੇ ਵੀਰ ਨੋਟ ਕਰ ਲੈਣ ਜੀ 16 ਭਾਰਤੀ ਪੇਸ਼ਾਵਾਂ ਦੇ ਵਿੱਚ 40000 ਤੋਂ ਵੱਧ ਗਾਣੇ ਗਾਉਣ ਦਾ ਉਹਨਾਂ ਦਾ ਰਿਕਾਰਡ ਹੈ ਸੋ 20 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਡੈਬਿਊ ਐਸ ਬਾਲਾ ਸੁਬਰੀਮ ਦਾ ਜਨਮ 4 ਜੂਨ 1946 ਨੂੰ ਆਂਧਰਾ ਪ੍ਰਦੇਸ਼ ਦੇ ਨਲੂਰ ਸ਼ਹਿਰ ਦੇ ਤਲਿੰਗੂ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਸੀ ਉਹ ਦੋ ਭਰਾ ਤੇ ਪੰਜ ਭੈਣਾਂ ਸਨ ਸੋ ਵੱਡਾ ਰਿਕਾਰਡ ਉਹਨਾਂ ਦੇ ਨਾਂ ਹੈ ਜੀ ਸਲਮਾਨ ਖਾਨ ਦੇ ਕਈ ਉਸ ਨੇ ਹਿੱਟ ਗਾਣੇ ਦਿੱਤੇ ਸਲਮਾਨ ਖਾਨ ਦੀਆਂ ਫਿਲਮਾਂ ਦੇ ਵਿੱਚ ਬਹੁਤ ਹੀ రికార్డ్ ਉਹਨਾਂ ਨੇ ਕਾਇਮ ਕੀਤੇ ਸੀ ਪਰ ਅਚਾਨਕ ਕੋਰੋਨਾ ਵਾਇਰਸ ਦੇ ਕਰਕੇ ਇਸ ਸਫਾਨੀ ਸੰਸਾਰ ਤੋਂ ਉਹ ਰੁਫਤਗੂ ਕਰ ਗਏ ਹਨ